ਸਤਿ ਸ਼੍ਰੀ ਅਕਾਲ ਜੀ, ਮੈਂ ਸੁਧੀਰ ਕੁਕਨਾ, ਪਿੰਡ ਭਾਗਸਰ, ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ। ਮੈਂ ਖੇਤੀ ਦਾ ਕੰਮ ਕਰਦਾ। ਮੇਰੇ ਕੋਲ 130-135 ਕਿੱਲੇ ਕਿੰਨੂ ਦਾ ਬਾਗ ਹੈ। ਉਹਦੇ 'ਚ ਮੇਰੇ ਫਾਈਲੋ ਦਾ ਸਿਸਟਮ ਲੱਗਿਆ ਹੋਇਆ, ਉਹਦੀ ਮੈਨੂੰ ਬੜੀ ਹੈਲਪ ਹੋਈ ਹੈ। ਫਰਟੀਗੇਸ਼ਨ ਦੇ ਵਿੱਚ ਡ੍ਰਿਪ ਰਾਹੀ ਮੈਂ ਪਾਣੀ ਲਾਉਂਦਾ, ਉਹਦੇ 'ਚ ਮੈਨੂੰ ਬੜਾ ਫਾਇਦਾ ਹੋਇਆ, ਮੇਰਾ ਪਾਣੀ ਬਚਿਆ। ਮੈਂ ਪਿਛਲੇ 1 ਸਾਲ ਤੋਂ ਫਲੱਡ ਇਰੀਗੇਸ਼ਨ ਛੱਡ ਕੇ ਇਕੱਲਾ ਡ੍ਰਿਪ 'ਤੇ ਹੀ ਇਹਨੂੰ ਮੈਨੇਜ ਕਰ ਰਿਹਾ। ਮੈਨੂੰ ਟਾਈਮ ਦੀ ਬਹੁਤ ਜ਼ਿਆਦਾ ਬੱਚਤ ਹੋਈ ਹੈ, ਜੋ ਕਿ ਬੜਾ ਔਖਾ ਸੀ ਮੇਰੇ ਲਈ ਕੱਢਣਾ। ਫਰਟੀਗੇਸ਼ਨ ਸ਼ਡਿਊਲਸ ਇਹਨਾਂ ਦੇ ਬਹੁਤ ਚੰਗੇ ਨੇ, ਉਹਦੇ ਕਰਕੇ ਮੇਰਾ ਇੱਕ ਵੀ ਬੂਟਾ ਕੋਈ ਨੁਕਸਾਨ 'ਚ ਨਹੀਂ ਜਾ ਰਿਹਾ। ਹਰ ਪਾਸਿਓਂ ਮੈਨੂੰ ਬੜਾ ਫਾਇਦਾ ਨਜ਼ਰ ਆਉਂਦਾ ਅਤੇ ਮੈਂ ਜਿਹੜਾ ਵੀ ਹੈਗਾ ਇਹਦਾ ਘਰ ਬੈਠੇ ਡਾਟਾ ਫੋਨ 'ਤੇ ਸਾਰਾ ਕੁਝ ਮੈਂ ਚੈੱਕ ਕਰਕੇ, ਖਾਦ ਵਗੈਰਾ, ਜੋ ਸਕਿੰਗ ਪੈਸਟ ਡਿਜ਼ੀਜ਼ ਬਿਮਾਰੀਆਂ ਆਉਂਦੀ ਹੈ, ਉਹਨਾਂ ਦਾ ਕੰਟਰੋਲ ਮੈਂ ਘਰ ਬਹਿ ਕੇ ਵੀ ਈਜ਼ੀਲੀ ਕਰ ਸਕਦਾ ਓਪਰੇਸ਼ਨਲ। ਅਤੇ ਜੋ ਵੀ ਫਰਟੀਗੇਸ਼ਨ ਦਿੰਦਾ, ਮੈਂ ਪਹਿਲਾਂ ਹੱਥ ਨਾਲ ਲੇਬਰ ਨਾਲ ਦਿੰਦਾ ਸੀ, ਹੁਣ ਮੈਂ ਡ੍ਰਿਪ ਨਾਲ ਇਹਦੀ ਫਰਟੀਗੇਸ਼ਨ ਕਰਦਾ। ਸਾਰੀ ਇਹਨਾਂ ਦੇ ਪ੍ਰੋਪਰ ਚਾਰਟ ਦੇ ਹਿਸਾਬ ਨਾਲ ਆਉਂਦਾ ਹੈ। ਫਾਈਲੋ ਟੀਮ ਮੈਨੂੰ ਬੜੀ ਹੈਲਪ ਕਰਦੀ ਹੈ, ਟਾਈਮ ਟਾਈਮ 'ਤੇ ਆ ਕੇ ਸਾਡੇ ਖੇਤ ਵਿਜ਼ਿਟਸ ਕਰਦੇ ਹੈ, ਸਾਡੇ ਲੀਫ ਸੈਂਪਲਿੰਗ, ਸੋਇਲ ਸੈਂਪਲਿੰਗ ਟਾਈਮਲੀ ਕੁਲੈਕਟ ਕਰਦੇ ਹੈ। ਮੈਂ ਬੜਾ ਖੁਸ਼ ਹਾਂ ਇਹ ਫਾਈਲੋ ਲਾਇਆ, ਉਦੋਂ ਬਾਅਦ ਮੇਰੀ ਟਾਈਮ ਬੜਾ ਬਚਿਆ, ਮੇਰੀ ਲੇਬਰ ਬਚੀ ਹੈ, ਮੇਰੇ ਪੈਸੇ ਬਚੇ ਹੈ। ਥੈਂਕ ਯੂ।